साकर दुनिया की सब तो पॉपुलर खेड है और साउथ एशियन कम्युनिटी भी इस खेड नाल बहुत समय तो जुड़ी हुई है। बहुत सारे जूनियर साकर लीग टूर्नामेंट समर के विच होते रहते हैं जिस विच पेरेंट्स और खेड्स बहुत इन्वॉल्व होते हैं। पर की साकर नु प्रोफेशनल लेवल तक लेके जान ले लोअर मेनलैंड के विच पूरियां फैसिलिटीज हैं। इस बारे हर जानकारी लेके आए हैं गोल्डी टेलो। ओए भाई मैनू सारे नाल वधिया लगदा सी खेडण ते फन आ। साकर विच बहुत सारे साउथ एशियन बच्चे अपना इंटरस्ट दिखा रहे हैं अते पिछले हफ्ते सरी दे वख-वख मैदानां विच कई जूनियर लीग्स दे मैच करवाए गए। असी दो वारी वीक च साकर खेड के प्रैक्टिस करते हैं ते असी एक वारी वीक च असी ट्रेनिंग भजदे हुंदे आ। न्यूटन एथलेटिक पार्क विच पेरेंट्स भी अपने बच्चों की सपोर्ट करने लई पहुंचे हुए सन। कि बच्चे जिहड़े गेमां खेलदे आ नैचुरली फिट फाट रहिंदे आ, दूजे बन्ने उन्हां दे ख्याल सोचणी चंगे बने लगती है। सो पुठे बने दिमाग नहीं देंदे। हुण इन्हां ने इत्थों जाना थके टुटे होना अपने जाके खा पी के सौ जाना। सो नहीं तो रात नूं 11-11 12 बजे तक टीवी देखी जांदे बच्चे। साउथ सरी विचले टूरनामेंट विच भी बहुत मुकाबले होए अते इन्हां विचों अंडर 16 गर्ल्स दा मुकाबला भी बड़ा रोमांचक सी। आपां वाई लीग खेडदे जिहदा पहला दस्सिया सी पिछले इंटरव्यू च, साडा छेवां गेम आ हुण ते असीं जित गए सी 2-1। तीन गेमां हो रहियां, तिन्नां चों जे शायद दो जित जाईए असीं फ्लोरिडा चाहुंदे जाण नूं चैंपियनशिप फाइनल लई। प्रोफेशनल लीग है तौर ते न्याणे नूं सिखालदे आ, तुसीं यूनिवर्सिटी जाने आ, नैशनल एंथम वी खिलाउंदे आ, बच्चियां दा नाम वी आ, उत्थे पानी वी रखणा पैंदा। इह सारे लीग दे स्टैंडर्ड है, जे ना करिए फिर आपां नूं जुर्माना हुंदा जी। ਜੂਨੀਅਰ ਵਾਈਟ ਕੈਪਸ ਗਰਲਜ਼ ਦੇ ਕੋਚ ਅਜੀਤ ਵੜੈਚ ਅਨੁਸਾਰ ਸੌਕਰ ਭਾਵੇਂ ਬਹੁਤ ਪਾਪੂਲਰ ਹੈ ਪਰ ਹਾਲੇ ਵੀ ਸਹੂਲਤਾਂ ਦੀ ਘਾਟ ਹੈ। ਘਾਟ ਤਾਂ ਆਪਣੀ ਮਿਲਟ ਇਹੀ ਹੈ ਜੇ ਕਿਸ ਤਰੀਕੇ ਨਾਲ ਆਪਾਂ ਡਿਵੈਲਪਮੈਂਟ ਲਈ ਮੁੰਡੇ ਜਿਹੜੇ ਜਾਂ ਕੁੜੀਆਂ ਇਕੱਠੇ ਟੀਮਾਂ ਸਾਰੀਆਂ ਜੋ ਚੁਣ ਕੇ ਉਹਨਾਂ ਨੂੰ ਇਕੱਠੇ ਟ੍ਰੇਨਿੰਗ ਦੇਈਏ, ਪ੍ਰੋਫੈਸ਼ਨਲ ਹੈਲਪ ਆ, ਗਰਾਊਂਡਾਂ ਦੀ ਸਦਾ ਆਪਾਂ ਨੂੰ ਕਮੀ ਹੁੰਦੀ ਆ। ਬਟ ਆਪਾਂ ਚਾਹੁੰਦੇ ਇੱਕ ਥਾਂ ਇਕੱਠੇ ਹੋ ਕੇ ਟੋਪ ਪਲੇਅਰ ਖੇਡਣ, ਟ੍ਰੇਨਿੰਗ ਕਰਨ, ਤਾਂ ਉਹ ਵੀ ਇੱਦਾਂ ਹੀ ਹੋ ਸਕਦੀ ਹੈ। ਸਪੋਂਸਰਸ਼ਿਪ ਵੀ ਮਿਲੇ ਆਪਾਂ ਨੂੰ, ਸਪੋਂਸਰਸ਼ਿਪ ਤੋਂ ਬਗੈਰ ਵੀ ਔਖਾ ਹੋਣਾ। ਜਿਹੜਾ ਪ੍ਰੋਗਰਾਮ ਆਪਣਾ ਇਹ ਸਾਰੇ ਪੇਰੈਂਟਸ ਪੈਸੇ ਕੋਲੋਂ ਦਿੰਦੇ ਆ, $16-1700 ਲੱਗਦਾ ਸਿਰਫ 3 ਮਹੀਨਿਆਂ ਲਈ। ਉੱਦਾਂ ਫਿਰ ਬਾਕੀ ਹੁਣ ਇੰਨੇ ਆਪਣੇ ਕਾਉਂਸਲਰ ਆ, ਹੁਣ ਆਪਾਂ ਸਦਾ ਨਿਊਜ਼ ਪੜ੍ਹੀ ਦੀ ਆਪਣਾ ਆਹ MP ਬਣ ਗਿਆ, MLA ਬਣ ਗਿਆ, ਉਹਨਾਂ ਨੂੰ ਜਾ ਕੇ ਕਹੋ ਤੁਸੀਂ ਵੋਟਾਂ ਸਾਡੀਆਂ ਲਈ ਤਾਂ ਦੌੜੇ ਆਉਂਦੇ ਆ, ਤਾਂ ਹੁਣ ਸਾਨੂੰ ਕੋਈ ਚੀਜ਼ ਲੋੜ ਆ, ਸਪੈਸ਼ਲੀ ਯੂਥ ਕਮਿਊਨਿਟੀ ਜਿਹੜਾ ਫਿਊਚਰ ਆ, ਸਾਡੀ ਹੈਲਪ ਕਰੋ ਬੜੇ। ਜੇ ਆਪਾਂ ਇੱਕ ਜਿੱਦਾਂ ਕਹਿੰਦੇ ਇੱਕ ਆਵਾਜ਼ ਨਾਲ ਜਾਈਏ ਫਿਰ ਮੌਕਾ ਮਿਲਣਾ ਜ਼ਿਆਦਾ ਆਪਾਂ ਨੂੰ ਸਾਰਾ ਕੁਛ ਅਚੀਵ ਕਰਨ ਨੂੰ। ਅਜੀਤ ਅਨੁਸਾਰ ਪ੍ਰੋਫੈਸ਼ਨਲ ਸੌਕਰ ਪਲੇਅਰ ਬਣਨ ਲਈ ਬਹੁਤ ਸਾਰੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਨਾਲ ਡਿਵੈਲਪ ਕੀਤਾ ਜਾ ਸਕਦਾ ਹੈ। ਨੈਕਸਟ ਲੈਵਲ ਕੀ ਹੁੰਦਾ ਹੈ? ਚਲੋ ਕਾਲਜ ਯੂਨੀਵਰਸਿਟੀ ਪੜ੍ਹਾਈਏ, ਪਰ ਨੰਬਰ 1 ਤਾਂ ਹੁੰਦੀ ਹੈ ਡਿਸਿਪਲਿਨ, ਖਾਣਾ ਕੀ ਆ, ਟ੍ਰੇਨਿੰਗ ਆਪ ਕਰਨੀ, ਇਕੱਲਾ ਕੋਚ ਨਾਲ ਨਹੀਂ ਕਰਨੀ। ਤਾਂ ਯੂ ਨੋ ਦੂਜੀ ਗੱਲ ਜਿਹੜੀਆਂ ਟੀਮਾਂ ਵੀ ਆਪਾਂ ਹੁਣ ਇੰਨੇ ਟੂਰਨਾਮੈਂਟ ਆ, ਨਿਆਣੇ ਬਹੁਤ ਚੰਗੇ ਖੇਡਦੇ ਆ, ਬਟ ਉਹ ਜਿਹੜੇ ਟੋਪ ਪਲੇਅਰ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਇਕੱਠੇ ਕਰਕੇ ਖਿਲਾਈਏ। ਕੁਆਲਿਟੀਜ਼ ਨੰਬਰ 1 ਤਾਂ ਤੁਸੀਂ ਚਾਹੁੰਦੇ ਖੇਡਣ ਨੂੰ ਚਾਹੇ ਹੁੰਦਾ ਹੈ, ਨੰਬਰ 2 ਆ ਜੇ ਤੁਸੀਂ ਪੜ੍ਹਾਈ 'ਚ ਵੀ ਚੰਗਾ ਪੜ੍ਹਦੇ ਆ ਉਹਦਾ ਵੀ ਬਹੁਤ ਫਰਕ ਪੈਂਦਾ। ਜੇ ਪੜ੍ਹਾਈ 'ਚ ਡਾਊਨ ਹੋ ਜਾਂਦੇ ਆ ਫਿਰ ਸਕੂਲ ਵਾਲੇ ਵੀ ਕਰਨ ਲੱਗ ਪੈਂਦੇ, ਬਟ ਸਾਰਿਆਂ ਨਾਲੋਂ ਵੱਡੀ ਗੱਲ ਆ ਤੁਸੀਂ ਚਾਹੁੰਦੇ ਆ ਐਥਲੀਟ ਪੜ੍ਹਨ ਨੂੰ, ਬਾਕੀ ਦਾ ਤੁਸੀਂ ਕੋਚਾਂ ਕੋਲ ਲੈ ਸਕਦੇ ਇਨਫੋਰਮੇਸ਼ਨ ਸਾਰਾ ਕੁਛ। ਗੋਲਡੀ ਢਿੱਲੋਂ, ਪੰਜਾਬੀ ਸਪੋਰਟਸ, ਸਰੀ।